ਦਿੱਲੀ ਮੁਖਰਜੀ ਨਗਰ ਵਿੱਚ ਸਿੱਖ ਆਟੋ ਡਰਾਈਵਰ ਤੇ ਇੱਕ ਨਾਬਾਲਗ ਨਾਲ ਕੁੱਟਮਾਰ ਕਰਨ ਦਾ ਦਿੱਲੀ ਪੁਲਿਸ ਦਾ ਗੁੰਡਾ ਰੂਪ ਸਾਹਮਣੇ ਆਇਆ। ਦਿੱਲੀ ਪੁਲਿਸ ਆਟੋ ਡਰਾਈਵਰ ਅਤੇ ਉਸਦੇ ਲੜਕੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਦੀ ਗੱਡੀ ਨਾਲ ਆਟੋ ਟਕਰਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਭੜਕ ਗਏ। ਪੁਲਿਸ ਨੇ ਪਿਸਟਲ ਦਿਖਾ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਇਹ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਅਤੇ ਕਮੇਟੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਸਾਰੀ ਜਾਂਚ ਕੀਤੀ ਅਤੇ ਹੁਣ ਕਮੇਟੀ ਦੁਆਰਾ ਕੁੱਟਮਾਰ ਕਰਨ ਵਾਲੇ ਅਫਸਰਾਂ ਦੀ ਸਸਪੈਂਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਸਾਨੂੰ ਇਹ ਲੋਕ ਸਸਪੈਂਡ ਕਰਕੇ ਨੌਕਰੀ ਚੋਂ ਬਾਹਰ ਨਹੀਂ ਕਰ ਦਿੰਦੇ।